ਭਾਈ ਸਰ ਕੀ ਨਾਮ ਹੈ ਇਹਦੇ ਕਿਹੜੇ ਡਿਪਾਰਟਮੈਂਟ ਤੋਂ ਜੀ ਮੈਂ ਗੁਰਪਾਲ ਸਿੰਘ ਪੰਜਾਬ ਦਾ ਸਰ ਕੀ ਹੈਗਾ ਪੀਡੀਓ ਦਫ਼ਤਰ ਭੇਖੀ ਹੋਈ ਕੀ ਮਸਲਾ ਹੈਗਾ ਜਿਹੜਾ ਅੱਜ ਜਿਹੜਾ ਇਹ ਮਸਲਾ ਜੀ ਇਹਨਾਂ ਦੀ ਨਿਸ਼ਾਨਦੇਹੀ ਸੀ ਗ੍ਰਾਮ ਪੰਚਾਇਤ ਦੀ ਇਹ ਇਹਨਾਂ ਨੇ ਮਤਾ ਪਾ ਕੇ ਦਿੱਤਾ ਸੀ ਉਹਦੇ ਅਨੁਸਾਰ ਬੀਡੀਓ ਸਾਹਿਬ ਨੂੰ ਤਹਿਸੀਲਦਾਰ ਨੂੰ ਮਾਲ ਮਹਿਕਮੇ ਨੂੰ ਮਤਲਬ ਕਿਹਾ ਗਿਆ ਕਿ ਵੀ ਨਿਸ਼ਾਨਦੇਹੀ ਕਰੋ ਅਤੇ ਨਿਸ਼ਾਨਦੇਹੀ ਦੀ ਹੋ ਚੁੱਕੀ ਆ ਇਹ ਕਿੰਨੀ ਜ਼ਮੀਨ ਟੋਟਲ ਜੀ ਇੱਥੋਂ ਦੀ ਸੂਰਵਿੰਡ ਪੰਚਾਇਤ ਦੀ ਜ਼ਮੀਨ ਹੈ 31.5 ਕਿੱਲੇ ਦੇ ਲਗਭਗ ਹੈ ਜੀ ਇਹ ਕਿੰਨੀ ਪੰਚਾਇਤ ਦੇ ਥੱਲੇ ਅੱਗੇ ਕਬਜ਼ੇ ਹੇਠ ਕਿੰਨੀ ਹੈ ਭਲਾ ਅਤੇ ਕਬਜ਼ੇ ਇਹਦੇ ਵਿੱਚੋਂ 21 ਕਿੱਲਾ ਜੀ ਇਹਨਾਂ ਨੇ ਬੋਲੀ ਕਰਾ ਦਈ ਹੈ ਅਤੇ 10 ਕਿੱਲੇ ਜਿਹੜੀ ਇਹ ਰਹਿੰਦੀ ਹੈ ਇਹ ਹੁਣ ਬੋਲੀ ਰੱਖ ਕੇ ਆਪਣੇ ਪ੍ਰਬੰਧਕ ਇੱਥੇ ਲੱਗੇ ਆ ਅਤੇ ਉਹ ਕਰਾ ਦਿੰਦੇ ਅੱਜ ਨਜਾਇਜ਼ ਕਬਜ਼ੇ ਛੁਡਾਏ ਜਾ ਰਹੇ ਨਜਾਇਜ਼ ਕਬਜ਼ਾ ਹਾਂ ਜੀ ਕਿੰਨੇ ਕਿੰਨੇ ਏਕੜ 'ਚ ਨਜਾਇਜ਼ ਕਬਜ਼ਾ ਇਹ 9 ਏਕੜ ਦੇ ਲਗਭਗ ਹੈ ਵਿੱਚ ਘਰ ਵੀ ਆ ਰਹੇ ਆ ਘਰ ਵੀ ਵਿੱਚ ਹੈਗਾ ਜੀ ਕਿੰਨੇ ਕੁ ਘਰ ਹੈ ਜੀ 1-2 ਘਰ ਹੈ ਜੀ ਹੋਰ ਕੀ ਆ ਰਿਹਾ ਵਿੱਚ ਹੋਰ ਵਿੱਚ ਬਸ ਇੱਕ ਤਾਂ ਬੋਰ ਹੈ ਮਨਜਾਬ ਦਾ ਕੋਈ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਨਹੀਂ ਕਿਸੇ ਤੇ ਨਹੀਂ ਰਜਾਮੰਦੀ ਨਾ ਹੋ ਗਿਆ ਕਿਹੜੀ ਪੋਸਟ ਤੇ ਰਾਮ ਤਸਵੀਰ ਸਿੰਘ ਐਸਪੀਓ ਬਲਾਕ ਪਖੀ ਪਿੰਡ ਸਰ ਪ੍ਰਬੰਧਕ ਸੂਰਵਿੰਡ ਵਿਖੇ ਪਹੁੰਚੇ ਜੀ ਅੱਜ ਪ੍ਰਬੰਧਕ ਤੁਸੀਂ ਜਿਵੇਂ ਪਿੰਡ ਤੇ ਹਾਂਜੀ ਕੀ ਆ ਮਾਮਲਾ ਸਾਰਾ ਜਿਹੜਾ ਅੱਜ ਜ਼ਮੀਨ ਜਿਹੜੀ ਪੰਚਾਇਤ ਛੁਡਾਈ ਜਾ ਰਹੀ ਹੈ ਪੰਜਾਬ ਸਰਕਾਰ ਦੀਆਂ ਨਿਤਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਵੀ ਨਜਾਇਜ਼ ਕਬਜ਼ੇ ਹੋਏ ਉਹ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਅਤੇ ਸਾਰੇ ਛੁਡਾਓ ਜਿਹੜੇ ਜਿਹੜੇ ਪਿੰਡ 'ਚ ਵੀ ਹੈਗੇ ਆ ਇੱਥੇ ਵੀ ਸਾਨੂੰ ਪਤਾ ਲੱਗਾ ਸੀ ਵੀ ਨਜਾਇਜ਼ ਕਬਜ਼ਾ ਹੈਗਾ ਤਕਰੀਬਨ 9-10 ਕਿੱਲਿਆਂ ਦੇ ਉੱਤੇ ਜਿਹਦੀ ਕਾਰਵਾਈ ਕਰਕੇ ਅਤੇ ਤਹਿਸੀਲਦਾਰ ਨੂੰ ਚਿੱਠੀ ਲਿਖੀ ਸੀ ਬੀਡੀਓ ਸਾਹਿਬ ਵੱਲੋਂ ਅੱਜ ਉਹਨਾਂ ਮਾਲ ਵਿਭਾਗ ਦੇ ਅਧਿਕਾਰੀ ਆਏ ਨਾਲ ਅਸੀਂ ਵੀ ਆ ਜਿਹੜਾ ਨਿਸ਼ਾਨ ਸਹੀ ਹੋਈ ਆ ਅਤੇ ਚੱਲਣ ਡਿਆ ਕੰਮ ਉਹ ਨਜਾਇਜ਼ ਕਬਜ਼ਾ ਛੁਡਾ ਰਹੇ ਹਾਂ ਕਿੰਨੀ ਕੁ ਜ਼ਮੀਨ ਜਿਹੜੀ ਹੈ ਜਿਹੜੀ ਕਬਜ਼ੇ ਛੁਡਾਈ ਗਈ ਹੈ ਟੋਟਲ ਇੱਥੇ 31 ਕਿੱਲੇ ਜਿਨ੍ਹਾਂ 'ਚੋਂ ਲਗਭਗ 21 ਕਿੱਲੇ ਦੇ ਦਿੱਤੇ ਆ 10 ਕਿੱਲਿਆਂ ਦੇ ਲਾਗੇ ਛਾਗੇ ਨਜਾਇਜ਼ ਕਬਜ਼ਾ ਵਾ ਜਿਹਦੀ ਨਿਸ਼ਾਨਦੇਹੀ ਹੋ ਗਈ ਬੁਰਜੀਆਂ ਲੱਗਣ ਡਈਆਂ ਅਤੇ ਨਜਾਇਜ਼ ਕਬਜ਼ਾ ਸਭ ਛੁਡਾ ਰਹੇ ਹਾਂ ਕੀ ਨਾਂ ਹੈ ਬਾਬਾ ਜੀ ਪ੍ਰਗਟ ਸਿੰਘ ਪਿੰਡ ਕਿਹੜਾ ਜੀ ਸੂਰਵਿੰਡ ਆ ਜਿਹੜੀ ਪੈਲੀ ਛੁਡਾਈ ਜਾ ਰਹੀ ਆ ਕਬਜ਼ੇ ਛੁਡਾਏ ਜਾ ਰਹੇ ਅੱਜ ਤੁਹਾਡਾ ਵੀ ਥਾਂ ਵਿੱਚ ਆਉਂਦਾ ਹਾਂਜੀ ਹਾਂਜੀ ਕਿੰਨਾ ਗਾਇਆ ਜੀ ਥੋੜਾ ਬਹੁਤ 2-3 ਕਰਮਾ ਜੀ ਤੁਸੀਂ ਕੋਈ ਇਸ ਦਾ ਵਿਰੋਧ ਕੀਤਾ ਜਾਂ ਨਾ ਜੀ ਸਹਿਮਤੀ ਨਾਲ ਛੱਡ ਰਿਹਾ ਜੀ ਹਾਂਜੀ ਕੀ ਨਾਂ ਜੀ ਵੀਰ ਜੀ ਲਖਵੀਰ ਸਿੰਘ ਪਿੰਡ ਕਿਹੜਾ ਜੀ ਸੂਰਵਿੰਡ ਤੁਹਾਡਾ ਜਿਹੜੇ ਨਜਾਇਜ਼ ਕਬਜ਼ੇ ਛੁਡਾਏ ਜਾ ਰਹੇ ਆ ਤੁਹਾਡੇ ਥੱਲੇ ਵੀ ਆ ਰਹੀ ਜ਼ਮੀਨ ਨਹੀਂ ਨਹੀਂ ਛੱਡ ਥੱਲੇ ਉਹ ਅਸੀਂ ਸਾਡੇ ਖੁਸ਼ ਹਾਂ ਅੱਛਾ ਕਿੰਨਾ ਕੁ ਥਾਂ ਆ ਰਿਹਾ ਤੁਹਾਡੇ ਥੱਲੇ ਸਰ ਮੈਂ ਗੁਰਨੇਕ ਸਿੰਘ ਕਾਨੂੰਗੋ ਰੈਵੀਨਿਊ ਡਿਪਾਰਟਮੈਂਟ ਅਸੀਂ ਅੱਜ ਦਫ਼ਤਰ ਬਲਾਕ ਵਿਕਾਸ ਪੰਚਾਇਤ ਅਫਸਰ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਅਤੇ ਤਹਿਸੀਲਦਾਰ ਪੱਟੀ ਵੱਲੋਂ ਦਰਖਾਸਤ ਮਾਰਕ ਹੋ ਕੇ ਅਸੀਂ ਪਿੰਡ ਸੂਰਵਿੰਡ ਵਿਖੇ ਨਿਸ਼ਾਨਦੇਹੀ ਪੰਚਾਇਤ ਦੀ ਕਰਨ ਪੁੱਜੇ ਹਾਂ ਇਸ ਤੋਂ ਬਾਅਦ ਅਸੀਂ ਨਾਲ ਸਾਡੇ ਵਿਕਾਸ ਦੇ ਦਫ਼ਤਰ ਵਿਕਾਸ ਪੰਚਾਇਤ ਦੇ ਅਫਸਰ ਵੀ ਨਾਲ ਹੈ ਪੁਲਿਸ ਪ੍ਰਸ਼ਾਸਨ ਵੀ ਨਾਲ ਹੈ ਮੌਕੇ 'ਤੇ ਅਸੀਂ ਪੱਕੀਆਂ ਬੁਰਜੀਆਂ ਲਗਾ ਤੋਂ ਸ਼ੁਰੂ ਹੋ ਕੇ DGPSC ਮਸ਼ੀਨ ਰਾਹੀਂ ਅਸੀਂ ਨਿਸ਼ਾਨਦੇਹੀ ਸ਼ੁਰੂ ਕੀਤੀ ਜਿਹੜੀ ਕਿ ਅਸੀਂ ਕੱਚੀਆਂ ਬੁਰਜੀਆਂ ਮੌਕੇ 'ਤੇ ਲਗਾ ਦਿੱਤੀਆਂ ਸਾਰੀਆਂ ਅਤੇ ਕੋਈ ਪ੍ਰਸ਼ਾਸਨ ਕੋਈ ਮੁਜ਼ਾਮਤ ਕੋਈ ਨਹੀਂ ਹੋਈ ਜੀ ਕਿੰਨੀ ਕੁ ਕਰੀਬ ਜ਼ਮੀਨ ਜਿਹੜੀ ਜੀ ਕਾਬਜ਼ ਕਰਨ ਤੋਂ ਛੁਡਾਈ ਗਈ ਹੈ ਇਹ 9 ਏਕੜ ਲਗਭਗ ਇਹਦੀ ਜ਼ਮੀਨ ਹੈਗੀ ਹੈ ਕਿੰਨੀ ਪੂਰੀ ਜ਼ਮੀਨ ਕਿੰਨੀ ਸੂਰਵਿੰਡ ਦੀ ਪੂਰੀ ਜਮ੍ਹਾਂਬੰਦੀ ਤੋਂ ਪਤਾ ਲੱਗ ਸਕਦਾ ਵੀ ਕਿੰਨੀ ਹੈ ਪੂਰੀ ਸਿਵਿੰਡ ਜ਼ਮੀਨ ਹੈਗੀ ਹੈ ਅੱਜ ਕਿਸੇ ਵੱਲੋਂ ਵਿਰੋਧ ਤਾਂ ਨਹੀਂ ਕੀਤੀ ਗਈ ਨਹੀਂ ਕੋਈ ਵਿਰੋਧ ਵਾਲਾ ਕੋਈ ਅਧਿਕਾਰੀ ਨਹੀਂ ਆਇਆ ਜਿਹੜੇ ਜ਼ਮੀਨ ਸਾਰੀ ਪੰਚਾਇਤ ਦੀ ਹਾਂਜੀ ਪੰਚਾਇਤ ਵਿਭਾਗ ਦੀ ਜ਼ਮੀਨ ਘਰ ਵੀ ਆ ਰਹੇ ਵਿੱਚ ਦੇ ਘਰ ਇੱਕ ਘਰ ਆ ਰਿਹਾ ਜੀ ਥੋੜ੍ਹਾ ਜਿਹਾ ਉਹਨਾਂ ਨੂੰ ਦੱਸਿਆ ਗਿਆ ਨੋਟਿਸ ਵਗੈਰਾ ਦੇ ਦਿੱਤਾ ਹਾਂਜੀ ਅਸੀਂ ਚੌਂਕੀਦਾਰ ਰਾਹੀਂ ਸੁਲੱਖਣ ਸਿੰਘ ਰਾਹੀਂ ਸਾਰੇ ਪਿੰਡ ਵਿੱਚ ਲੋਕ ਸਪੀਕਰ ਰਾਹੀਂ ਪਹਿਲਾਂ ਹੀ ਸੂਚਿਤ ਕਰਕੇ ਦਿੱਤਾ ਸੀ ਕਿ ਇਸ ਦਿਨ ਅਸੀਂ ਨਿਸ਼ਾਨਦੇਹੀ ਕਰਨ ਪੁੱਜਾਂਗੇ ਜੀ ਕੀ ਅਪੀਲ ਕਰਨੀ ਜਾਓਗੇ ਲੋਕਾਂ ਨੂੰ ਅਸੀਂ ਤਾਂ ਇਹੋ ਆਖਾਂਗੇ ਜਿਹੜੀ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਸਰਦਾਰ ਲਾਲ ਜੀ ਭੁੱਲਰ ਜੀ ਨੇ ਕੈਬਨਿਟ ਮੰਤਰੀ ਪੰਜਾਬ ਜੀ ਨੇ ਠੀਕ ਹੈ ਜੀ ਉਸ ਉਹਨਾਂ ਦੀ ਰਹਿਨਮਾਈ ਹੇਠ ਜਿਹੜੀ ਚੱਲ ਰਹੀ ਹੈ ਅਤੇ ਉਹ ਸਭ ਸਾਰਿਆਂ ਨੂੰ ਅਪੀਲ ਕਰਾਂਗੇ ਜ਼ਿਮੀਂਦਾਰਾਂ ਭੈਣ ਭਰਾਵਾਂ ਨੂੰ ਕਿ ਆਪੋ ਆਪਣੇ ਜਿਹੜੇ ਕਬਜ਼ੇ ਨਜਾਇਜ਼ ਛੱਡ ਕੇ ਸਰਕਾਰ ਦੇ ਜ਼ਮੀਨ ਉਹਨਾਂ ਦੇ ਹਵਾਲੇ ਕੀਤੀ ਜਾਵੇ